వ్యాధి బంధించు బజ్జి బాలీవుడ్ ది ఏ ఫేమస్ యాక్ట్రెస్ జోడే దియా పెళ్లి తస్వీర్ ఆయా సమణే ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਲਵਰਸ ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਆਖਿਰਕਾਰ ਗੋਆ ਦੇ ਵਿੱਚ ਵਿਆਹ ਕਰਵਾ ਕੇ ਸੱਤ ਜਨਮਾਂ ਦੇ ਬੰਧਨ 'ਚ ਬੱਝ ਗਏ ਨੇ ਜੋੜੇ ਨੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਗੋਆ ਸਾਊਥ ਵਿੱਚ ਸੱਤ ਫੇਰੇ ਲਏ ਨੇ ਵਿਆਹ ਤੋਂ ਬਾਅਦ ਦੋਹਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਵਾਂ ਵਿਆਹਿਆ ਜੋੜਾ ਕਾਫੀ ਜ਼ਿਆਦਾ ਸ਼ਾਨਦਾਰ ਲੱਗ ਰਿਹਾ ਸੀ ਦੱਸ ਦਈਏ ਕਿ ਵਿਆਹ ਦੀਆਂ ਤਸਵੀਰਾਂ 'ਚ ਨਵਿਆਈ ਦੁਲਹਨ ਰਕੁਲ ਅਤੇ ਲਾੜਾ ਜੈਕੀ ਭਗਨਾਨੀ ਬਹੁਤ ਹੀ ਪਿਆਰੇ ਲੱਗ ਰਹੇ ਨੇ ਦੋਹਾਂ ਨੇ ਆਪਣੇ ਵਿਆਹ 'ਚ ਖਾਸ ਪਹਿਰਾਵੇ ਪਾਏ ਨੇ ਫਿਲਹਾਲ ਇਸ ਜੋੜੇ ਦੀਆਂ ਵਿਆਹ ਦੀਆਂ ਇਹੀ ਤਸਵੀਰਾਂ ਕੁਛ ਮਿੰਟਾਂ 'ਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਨੇ ਫੈਨਸ ਦੇ ਵੱਲੋਂ ਖੂਬਸੂਰਤ ਜੋੜੀ ਉੱਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਰਕੁਲ ਅਤੇ ਜੈਕੀ ਦੇ ਵਿਆਹ ਦੇ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਜਿਸ ਦੇ ਵਿੱਚ ਵਰੁਣ ਧਵਨ ਆਪਣੀ ਪਤਨੀ ਅਤੇ ਪਿਤਾ ਅਤੇ ਮਾਤਾ ਦੇ ਨਾਲ ਵਿਆਹ 'ਚ ਪਹੁੰਚੇ ਸੀ ਉਹਨਾਂ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਭੂਮੀ ਪਿਡਨੇਕਰ ਸ਼ਿਲਪਾ ਸ਼ੈਟੀ ਰਾਜ ਕੁੰਦਰਾ ਪਤਨੀ ਤਾਇਰਾ ਕਸ਼ਪ ਦੇ ਨਾਲ ਆਯੁਸ਼ਮਾਨ ਖੁਰਾਨਾ ਅਰਜੁਨ ਕਪੂਰ ਮਹੇਸ਼ ਮਾਂਝੇਕਰ ਇਹ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਜੈਕੀ ਅਤੇ ਰਕੁਲ ਕਈ ਸਾਲਾਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਸਨ ਉਹਨਾਂ ਨੇ 2021 ਦੇ ਵਿੱਚ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਸੀ ਉਸ ਤੋਂ ਬਾਅਦ ਤੋਂ ਹੀ ਇਹ ਜੋੜਾ ਜੋ ਸੀ ਅਕਸਰ ਪਬਲਿਕ ਪਲੇਸਿਸ ਦੇ ਉੱਤੇ ਵੇਖਿਆ ਜਾਂਦਾ ਸੀ ਦੋਵਾਂ ਨੇ ਕਾਫੀ ਜ਼ਿਆਦਾ ਕੁਆਲਿਟੀ ਟਾਈਮ ਜੋ ਹੈ ਇੱਕ ਦੂਸਰੇ ਦੇ ਨਾਲ ਬਿਤਾਇਆ ਗੋਆ ਵਿੱਚ ਵਿਆਹ ਲਈ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਜੋੜਾ ਮੁੰਬਈ ਦੇ ਵਿੱਚ ਸਿੱਧੀ ਵਿਨਾਇਕ ਮੰਦਿਰ ਪਹੁੰਚਿਆ ਸੀ ਅਤੇ ਗਣਪਤੀ ਬੱਪਾ ਦਾ ਆਸ਼ੀਰਵਾਦ ਲਿਆ ਸੀ ਵਿਆਹ ਤੋਂ ਬਾਅਦ ਰਕੁਲ ਅਤੇ ਜੈਕੀ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਆਪਣੇ ਦੋਸਤਾਂ ਅਤੇ ਸਹਿਕਰਮੀਆਂ ਲਈ ਮੁੰਬਈ ਦੇ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ ਹਾਲਾਂਕਿ ਇਸ ਉੱਤੇ ਕੋਈ ਵੀ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਲਵਰਸ ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਆਖਿਰਕਾਰ ਗੋਆ ਦੇ ਵਿੱਚ ਵਿਆਹ ਕਰਵਾ ਕੇ ਸੱਤ ਜਨਮਾਂ ਦੇ ਬੰਧਨ 'ਚ ਬੱਝ ਗਏ ਨੇ ਜੋੜੇ ਨੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਦੇ ਵਿੱਚ ਗੋਆ ਸਾਊਥ ਵਿੱਚ ਸੱਤ ਫੇਰੇ ਲਏ ਨੇ ਵਿਆਹ ਤੋਂ ਬਾਅਦ ਦੋਹਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਵਾਂ ਵਿਆਹਿਆ ਜੋੜਾ ਕਾਫੀ ਜ਼ਿਆਦਾ ਸ਼ਾਨਦਾਰ ਲੱਗ ਰਿਹਾ ਸੀ ਦੱਸ ਦਈਏ ਕਿ ਵਿਆਹ ਦੀਆਂ ਤਸਵੀਰਾਂ 'ਚ ਨਵਿਆਈ ਦੁਲਹਨ ਰਕੁਲ ਅਤੇ ਲਾੜਾ ਜੈਕੀ ਭਗਨਾਨੀ ਬਹੁਤ ਹੀ ਪਿਆਰੇ ਲੱਗ ਰਹੇ ਨੇ ਦੋਹਾਂ ਨੇ ਆਪਣੇ ਵਿਆਹ 'ਚ ਖਾਸ ਪਹਿਰਾਵੇ ਪਾਏ ਨੇ ਫਿਲਹਾਲ ਇਸ ਜੋੜੇ ਦੀਆਂ ਵਿਆਹ ਦੀਆਂ ਇਹੀ ਤਸਵੀਰਾਂ ਕੁਛ ਮਿੰਟਾਂ 'ਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ ਨੇ ਫੈਨਸ ਦੇ ਵੱਲੋਂ ਖੂਬਸੂਰਤ ਜੋੜੀ ਉੱਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਰਕੁਲ ਅਤੇ ਜੈਕੀ ਦੇ ਵਿਆਹ ਦੇ ਵਿੱਚ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਜਿਸ ਦੇ ਵਿੱਚ ਵਰੁਣ ਧਵਨ ਆਪਣੀ ਪਤਨੀ ਅਤੇ ਪਿਤਾ ਅਤੇ ਮਾਤਾ ਦੇ ਨਾਲ ਵਿਆਹ 'ਚ ਪਹੁੰਚੇ ਸੀ ਉਹਨਾਂ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਭੂਮੀ ਪਿਡਨੇਕਰ ਸ਼ਿਲਪਾ ਸ਼ੈਟੀ ਰਾਜ ਕੁੰਦਰਾ ਪਤਨੀ ਤਾਇਰਾ ਕਸ਼ਪ ਦੇ ਨਾਲ ਆਯੁਸ਼ਮਾਨ ਖੁਰਾਨਾ ਅਰਜੁਨ ਕਪੂਰ ਮਹੇਸ਼ ਮਾਂਝੇਕਰ ਇਹ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਜੈਕੀ ਅਤੇ ਰਕੁਲ ਕਈ ਸਾਲਾਂ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਸਨ ਉਹਨਾਂ ਨੇ 2021 ਦੇ ਵਿੱਚ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਕਰ ਦਿੱਤਾ ਸੀ ਉਸ ਤੋਂ ਬਾਅਦ ਤੋਂ ਹੀ ਇਹ ਜੋੜਾ ਜੋ ਸੀ ਅਕਸਰ ਪਬਲਿਕ ਪਲੇਸਿਸ ਦੇ ਉੱਤੇ ਵੇਖਿਆ ਜਾਂਦਾ ਸੀ ਦੋਵਾਂ ਨੇ ਕਾਫੀ ਜ਼ਿਆਦਾ ਕੁਆਲਿਟੀ ਟਾਈਮ ਜੋ ਹੈ ਇੱਕ ਦੂਸਰੇ ਦੇ ਨਾਲ ਬਿਤਾਇਆ ਗੋਆ ਵਿੱਚ ਵਿਆਹ ਲਈ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ ਜੋੜਾ ਮੁੰਬਈ ਦੇ ਵਿੱਚ ਸਿੱਧੀ ਵਿਨਾਇਕ ਮੰਦਿਰ ਪਹੁੰਚਿਆ ਸੀ ਅਤੇ ਗਣਪਤੀ ਬੱਪਾ ਦਾ ਆਸ਼ੀਰਵਾਦ ਲਿਆ ਸੀ ਵਿਆਹ ਤੋਂ ਬਾਅਦ ਰਕੁਲ ਅਤੇ ਜੈਕੀ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਆਪਣੇ ਦੋਸਤਾਂ ਅਤੇ ਸਹਿਕਰਮੀਆਂ ਲਈ ਮੁੰਬਈ ਦੇ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ ਹਾਲਾਂਕਿ ਇਸ ਉੱਤੇ ਕੋਈ ਵੀ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ